ਅੱਜ ਦੇਸ਼ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ 75ਵੇਂ ਸਾਲ ਅਸੀਂ ਮਨਾ ਰਹੇ ਹਾਂ ਭਾਰਤ ਕਹੋ ਜਿਆ ਭਾਰਤ ਹੋਵੇ ਇਹਦੀ ਕਲਪਨਾ ਅੱਜ ਪਿੰਡਾਂ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਨੂੰ ਪੁੱਛੋ ਜੋ ਪੀੜੀ ਦਰ ਪੀੜੀ ਇੱਕੋ ਹੀ ਜਾਇਦਾਦ ਪੁਰਖਾਂ ਵਾਲੀ ਜਾਇਦਾਦ ਵਿੱਚ ਰਹਿ ਰਹੇ ਨੇ ਘਰਾਂ ਵਿੱਚ ਪਰ ਉਹਨਾਂ ਨੂੰ ਆਪਣੇ ਘਰਾਂ ਦਾ ਮਾਲਕਾਨਾ ਹੱਕ ਦਾ ਅਧਿਕਾਰ ਪੂਰੇ ਤਰੀਕੇ ਨਹੀਂ ਪ੍ਰਾਪਤ ਹੋਇਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਨੇ ਪੰਚਾਇਤੀ ਰਾਜ ਦੀ ਹੜ 24 ਅਪ੍ਰੈਲ 2020 ਨੂੰ ਇੱਕ ਸਵमित्व ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਇਸ ਯੋਜਨਾ ਦੇ ਤਹਿਤ ਅੱਜ ਦੇਸ਼ ਵਿੱਚ ਉਹਨਾਂ ਲੋਕਾਂ ਦੇ ਜੋ ਵਰਿਆਂ ਤੋਂ ਪੂਰਾ ਨਹੀਂ ਹੋਇਆ ਸੀ ਡਰੋਨ ਨਾਲ ਉਸ ਦੀ ਪੂਰੀ ਫੋਟੋ ਲੈ ਕੇ ਰਾਜ ਸਰਕਾਰ ਦੇ ਨਾਲ ਰਲ ਮਿਲ ਕੇ ਈ ਸੰਪਤੀ ਕਾਰਡ ਦਾ ਅਧਿਕਾਰ ਮਿਲਿਆ ਸਿਰਫ ਅਧਿਕਾਰ ਨਹੀਂ ਮਿਲਿਆ ਬਲਕਿ ਉਹ ਇੱਕ ਮੀਲ ਦਾ ਪੱਥਰ ਸਾਬਤ ਹੋਇਆ ਜ਼ਿੰਦਗੀ ਵਿੱਚ ਉਹ ਮੀਲ ਦਾ ਪੱਥਰ ਸ਼ਹਿਰ ਵਿੱਚ ਰਹਿਣ ਵਾਲੇ ਸਾਡੇ ਮਕਾਨ ਜਿਦਾਦ ਸਾਡਾ ਹੁੰਦਾ ਤੇ ਬੈਂਕ ਵੀ ਉਹਦੇ ਤੇ ਕਰਜ਼ਾ ਦਿੰਦਾ ਪਰ ਪਿੰਡਾਂ ਵਿੱਚ ਮੇਰੇ ਘਰ ਤਾਂ ਹੈ ਪਰ ਬੈਂਕ ਉਹਦੇ ਤੇ ਕਰਜ਼ਾ ਨਹੀਂ ਦਿੰਦਾ ਜਦੋਂ ਇਹ ਸੰਪਤੀ ਕਾਰਡ ਸਾਨੂੰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਜਦੋਂ ਦੋਨਾਂ ਦੇ ਸਹਿਯੋਗ ਨਾਲ ਮਿਲੇਗਾ ਤਾਂ ਬੈਂਕ ਵੀ ਸਾਨੂੰ ਕਰਜ਼ਾ ਦੇਣ ਲਈ ਤਿਆਰ ਹੈ ਮੈਂ ਆਖਿਆ ਕਿ ਨਰਿੰਦਰ ਮੋਦੀ ਦੀ ਸੋਚ ਦੇ ਕਾਰਨ ਹੁਣ ਲੋਕਾਂ ਨੂੰ ਸਵੈਮਿੱਤਵ ਇਹ ਮਾਲਿਕਾਨਾ ਹੱਕ ਦਾ ਲਾਭ ਮਿਲਣ ਲੱਗ ਪਿਆ ਹੈ ਹੁਣ ਪਿੰਡਾਂ ਦੇ ਲੋਕ ਪੰਚਾਇਤਾਂ ਦੇ ਅੰਦਰ ਆਪਣੇ ਘਰਾਂ ਦੇ ਜਿਹੜੇ ਆਪਸ ਵਿੱਚ ਝਗੜੇ ਵਿਵਾਦ ਹੁੰਦੇ ਸੀ ਜ਼ਿਦਦ ਨੂੰ ਲੈ ਕੇ ਉਹ ਬੰਦ ਹੋ ਗਿਆ ਹੈ ਇੱਥੇ ਉਹਨਾਂ ਨੂੰ ਇਹ ਮਾਲਕਾਨਾ ਹੱਕ ਮਿਲਿਆ ਹੁਣ ਪੰਚਾਇਤਾਂ ਦੇ ਦਖਲਅੰਦਾਜ਼ੀ ਦੀ ਲੋੜ ਨਹੀਂ ਹੈ ਹੁਣ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਰੋਸ਼ਨੀ ਆਈ ਹੈ ਸੰਪਤੀ ਕਾਰਡ ਦਿਖਾ ਕੇ ਬੈਂਕਾਂ ਕੋਲੋਂ ਕਰਜ਼ਾ ਲੈ ਰਹੇ ਨੇ ਆਪਣੇ ਅਧਿਕਾਰ ਦੇ ਨਾਲ ਆਪਣੇ ਜਾਇਦਾਦ ਨੂੰ ਪਰਿਮਾਰਜਿਤ ਕਰ ਰਹੇ ਨੇ ਆਪਣੀ ਜਾਇਦਾਦ ਨੂੰ ਆਪਣੇ ਢੰਗ ਨਾਲ ਸਜਾ ਰਹੇ ਨੇ ਇਹ ਇੱਕ ਨਵੀਂ ਸੋਚ ਦੇ ਨਾਲ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਸੌਮੇਤਵ ਯੋਜਨਾ ਆਈ ਤਾਂ ਡਰੋਨ ਦਾ ਇਸਤੇਮਾਲ ਹੋਇਆ ਅੱਜ ਦੇਸ਼ ਵਿੱਚ ਐਵੀਏਸ਼ਨ ਡਿਪਾਰਟਮੈਂਟ ਨੇ ਡਰੋਨ ਦਾ 3 ਦਿਨਾਂ ਦੀ ਪ੍ਰਦਰਸ਼ਨੀ ਲਾਈ ਹੈ ਅਤੇ ਵਿਖਾਨ ਦਾ ਕੰਮ ਕੀਤਾ ਇਹ ਜੋ ਤਕਨੀਕੀ ਕੋਰਸ ਜੋ ਕੰਟੀਨਿਊਸ ਆਪਰੇਟਿੰਗ ਰੈਫਰੈਂਸ ਸਟੇਸ਼ਨ ਯਾਨੀ ਕੋਸ਼ੇ ਦੇ ذریعے ਸਰਕਾਰ ਆਪਣੀ ਸੰਪਤੀ ਦੇ ਅਧਿਕਾਰਾਂ ਦਾ ਰਿਕਾਰਡ ਡਿਜੀਟਲ ਮੈਪਿੰਗ ਦਾ ਵੱਡਾ ਕਦਮ ਸਵमित्व ਯੋਜਨਾ ਦੇ ਤਹਿਤ ਸ਼ੁਰੂ ਕੀਤਾ ਹੈ ਪੰਚਾਇਤਾਂ ਵਿੱਚ ਮੌਸਮ ਵਿਭਾਗ ਦੇ ਨਾਲ ਮਿਲ ਕੇ ਇੱਕ ਐਪ ਵੀ ਤਿਆਰ ਕਰਨ ਦੀ ਗੱਲ ਹੋਏਗੀ ਜੋ ਹੁਣ ਰੇਡੀਓ ਅਤੇ ਟੀਵੀ ਜਾਂ ਕਿਸੇ ਦੇ ਬਦਲੇ ਆਪਣੀ ਹੀ ਪੰਚਾਇਤ ਵਿੱਚ ਇੱਕ ਐਪ ਦੇ ਜ਼ਰੀਏ ਮੌਸਮ ਦਾ ਵੇਰਵਾ ਵੀ ਆਏਗਾ ਜੋ ਪਿੰਡਾਂ ਵਿੱਚ ਰਹਿਣ ਵਾਲੇ ਲੋਕੀ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਤਬਦੀਲੀ ਲੈ ਕੇ ਆਏਗਾ ਸਵमित्व ਸਿਰਫ ਉਹਨਾਂ ਦੇ ਅਧਿਕਾਰਾਂ ਨੂੰ ਹੀ ਨਹੀਂ ਗਰੀਬਾਂ ਨੂੰ ਇੱਕ ਇਨਸਾਫ ਵੀ ਦਲਾਂਦਾ ਰਸਤਾ ਹੋਏਗਾ ਕਿਉਂਕਿ ਲੋਕੀ ਸਭੇ ਕੁਝ ਝੂਠ ਬੋਲ ਸਕਦੇ ਨੇ ਪਰ ਸਵमित्व ਦੇ ਤਹਿਤ ਇਹ ਡਿਜੀਟਲ ਜਿਹੜਾ ਸੰਪਤੀ ਕਾਰਡ ਉਹਨਾਂ ਨੂੰ ਮਿਲੇਗਾ ਉਹ ਨਹੀਂ ਝੂਠ ਬੋਲ ਸਕਦੇ ਹੁਣ ਤਾਂ ਨਵੀਂ ਇਹਦੇ ਵਿੱਚ ਸ਼ੁਰੂਆਤ ਹੋਏਗੀ ਸਰਵਿਸ ਸੈਕਟਰ ਜੋ ਡਰੋਨ ਦੇ ਅੰਦਰ ਕਿਸੇ ਨੂੰ ਦਵਾਈ ਪਹੁੰਚਾਣੀ ਹੈ ਤਾਂ ਉਹ ਉਹਦੇ ਘਰ ਤੱਕ ਇੱਕਦਮ ਉਹਦੇ ਬੂਏ ਤੇ ਪਹੁੰਚ ਜਾਏਗਾ ਕਿਉਂਕਿ ਇਹ ਡਾਟਾ ਕਿੰਨਾ ਵੱਡਾ ਡਾਟਾ ਹੋਏਗਾ ਸਿਰਫ ਦੇਸ਼ ਦੇ ਅੰਦਰ ਇੱਕ ਨਵੇਂ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ ਸਵਾਮੀਤਵ ਯੋਜਨਾ ਨੂੰ ਪਹੁੰਚਾਉਣ ਦਾ ਅਸੀਂ ਟੀਚਾ ਵੀ ਤੈਅ ਕੀਤਾ ਹੈ ਕਿ ਅਸੀਂ ਇਹਨੂੰ ਅੰਮ੍ਰਿਤ ਮਹੋਤਸਵ ਦੇ ਮੌਕੇ ਤੇ ਅਸੀਂ ਪਿੰਡ ਦੇ ਹਰ ਘਰ ਤੱਕ ਪਹੁੰਚਣ ਲਈ ਉਸ ਦੀ ਕਾਰਵਾਈ ਕਰ ਰਹੇ ਹਾਂ ਅਤੇ ਸਵਾਮੀਤਵ ਨੂੰ ਲੈ ਕੇ ਪਰੇਸ਼ਾਨ ਨਾ ਹੋਵੋ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਇਹ ਸਵਾਮੀਤਵ ਤੁਹਾਡੀ ਜ਼ਿੰਦਗੀ ਵਿੱਚ ਪਾਰਦਰਸ਼ਤਾ ਲਿਆਏਗਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆਏਗਾ ਮੋਦੀ ਦਾ ਸੁਪਨਾ ਹੈ ਪਿੰਡ ਹੋਵੇ ਵਿਵਾਦ ਰਹਿਤ ਅਤੇ ਵਿਵਾਦ ਰਹਿਤ ਰਹਿਣ ਲਈ ਇਹ ਸਵमित्व ਤੋਂ ਵੱਡਾ ਹੋਰ ਕੋਈ ਅਜੇਹਾ ਉਪਰਾਲਾ ਨਹੀਂ ਹੈ ਜਿਸ ਨਾਲ ਕੋਈ ਵਿਵਾਦ ਹੋਵੇ ਹੁਣੇ-ਹੁਣੇ 24 ਅਪ੍ਰੈਲ 2022 ਨੂੰ ਮੋਦੀ ਨੇ ਜੰਮੂ ਕਸ਼ਮੀਰ ਤੋਂ ਜੋ ਸਵमित्व ਨੂੰ ਲੈ ਕੇ ਲੋਕਾਂ ਨੂੰ ਕਾਟ ਦਿੱਤਾ ਜ਼ਮੀਨ ਦਾ ਇਹ ਕਾਟ ਦਿੱਤਾ ਐਵੀ ਤਕਨੀਕੀ ਹੈ ਮੈਂ ਸਮਝਣਾ ਕਿ ਅੱਜ ਦੇਸ਼ ਦੇ ਅੰਦਰ ਦੇਸ਼ ਵਿੱਚ ਸਾਰੇ ਜਣੇ ਇਸ ਦੀ ਤਾਰੀਫ਼ ਕਰ ਰਹੇ ਹਨ ਦੁਨੀਆਂ ਵਿੱਚ ਮੈਂ ਨਹੀਂ ਇਹਦੇ ਤੇ ਕੋਈ ਵਿਵਾਦ ਕਰਦਾ ਪਰ ਪਰ ਦੁਨੀਆਂ ਵਿੱਚ ਇਹ ਪਹਿਲ ਭਾਰਤ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਪਹਿਲ ਹੈ ਆਓ ਅਸੀਂ ਸਾਰੇ ਮਿਲ ਕੇ ਮੋਦੀ ਨੇ ਜੋ ਪਿੰਡ ਦੀ ਖੁਸ਼ਹਾਲੀ ਦਾ ਸੁਪਨਾ ਵੇਖਿਆ ਹੈ ਸੌਮਿਤਵ ਦੇ ذریعے ਇਹ ਡਿਜੀਟਲ ਜਿਹੜਾ ਸੰਪਤੀ ਕਾਰਡ ਹੋਏਗਾ ਉਦੇ ذریعے ਇੱਕ ਇੱਕ ਖੁਸ਼ਹਾਲ ਪਿੰਡ ਇੱਕ ਰੋਜ਼ਗਾਰ ਭਰਿਆ ਪਿੰਡ ਇੱਕ ਵਿਵਾਦ ਰਹਿਤ ਪਿੰਡ ਉਸ ਪਿੰਡ ਦੀ ਕਲਪਨਾ ਕਰੋ ਅਤੇ ਇਹ ਸਵਾਮਿਤਵ ਆਪਣੇ ਆਪ ਵਿੱਚ ਪੂਰੇ ਦੇਸ਼ ਵਿੱਚ ਇੱਕ ਮਿਸਾਲ ਪੇਸ਼ ਕਰੇਗਾ ਅਤੇ ਕਰ ਵੀ ਰਿਹਾ ਹੈ